ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਕਾ ਕੰਮ ਜੰਮੂ ਕਸ਼ਮੀਰ ਦੇ ਵਿੱਚ, ਕਣਕ ਦਾ ਪੜ੍ਹਾਈ ਦਾ ਵਧੀਆ। ਵੈਸੇ ਥੋੜ੍ਹਾ ਜਿਹਾ ਹੈ ਨਾ ਬੱਦਲ ਮੀਂਹ, ਇਹ ਥੋੜ੍ਹਾ ਜਿਹਾ ਰੱਪੜ ਜਿਹਾ ਪਾਈ ਜਾਂਦਾ, ਨਹੀਂ ਤਾਂ ਕੰਮ ਖਿੱਚਿਆ ਗਿਆ ਤਾਂ ਬਸ 5-7 ਦਿਨ ਬਾਈ ਲੱਗਣੇ ਆ ਉਰੇ ਸਾਰੇ। ਉਹ ਆ 2 ਦਿਨ ਤਾਂ ਹੋ ਗਏ ਬਾਈ ਦਾਵਾਂ ਡੋਲਿਆ ਕੰਮ, ਹੈ ਨਾ ਪਰਸੋਂ ਦੀ ਦਿਹਾੜੀ ਤਾਂ ਮਸ਼ੀਨ ਸਾਰੀ ਉਹ ਖੜ੍ਹੀ ਰਹੀ। ਕੱਲ੍ਹ ਆਪਣੀ ਮਸ਼ੀਨ ਆ ਜਿਹੜੀ ਉਹੀ 3 ਵਜੇ ਚੱਲੀ, ਆਪਾਂ ਵੱਢੀਆਂ 35-40 ਕਨਾਲਾਂ ਵੱਢੀਆਂ। ਉਹਦੇ ਬਾਅਦ ਬਾਈ ਹਨੇਰਾ ਹੋ ਗਿਆ ਨਾ, ਨਰਮਾਈ ਤੀ ਤਾਂ ਕੱਲ੍ਹ ਵੀ ਧਾਨਾ ਲਓ ਕਿਸਾਨ ਵੀ ਜਿਹੜੇ ਪੜ੍ਹਾਈ ਗਏ ਵਿਚਾਰੇ, ਹੈ ਨਾ ਵੀ ਚਲੋ ਨਿਬੜੇ ਕੰਮ, ਦਾਣਾ ਤਾਂ ਵੈਸੇ ਨਰਮ ਤਾਂ ਕੱਲ੍ਹ, ਉਹਦੇ ਬਾਅਦ ਫਿਰ ਅੱਜ ਚਲਾਈ ਆਉਣਾ ਸਾਜਰੇ ਰਾਤ, ਫਿਰ ਜਿਹੜਾ ਹੈ ਨਾ ਕਣਮਣ ਹੋ ਗਈ ਉਹਦੇ ਕਰਕੇ ਥੋੜ੍ਹਾ ਜਿਹਾ ਕੰਮ ਲੇਟ ਚੱਲਿਆ, 9-10 ਵੱਜ ਗਏ ਹੁਣ ਇਹਦੇ ਚਲਾਈ, ਉਹ ਚੱਲਦੀ ਸਾਹਮਣੇ ਮਸ਼ੀਨ। ਬਾਕੀ ਵਧੀਆ ਚੱਲੀ ਜਾਂਦਾ ਬਾਈ ਕੰਮ। ਕਈ ਵੀਰ ਆਪਣੇ ਕਮੈਂਟਾਂ ਦੇ ਵਿੱਚ ਪੁੱਛਦੇ ਆ ਬਾਈ ਕਿਹੜੇ ਪਿੰਡ ਹੈ ਕਿਹੜੇ, ਬਾਈ ਨਵੇਂ ਸ਼ਹਿਰ ਦੇ ਲਾਗੇ ਵੀਰੇ ਆਪਣਾ ਹੈ ਨਾ ਬੱਗੇ ਛੰਨਾ ਪਿੰਡ ਆ, ਇੱਥੇ ਆਪਣਾ ਡੇਰਾ ਵਧੀਆ ਉਰੇ ਵੀਰ ਅਮਨਦੀਪ ਬਾਈ ਕੋਲ, ਬਹੁਤ ਵਧੀਆ ਘੈਂਟ ਬੰਦਾ ਹੈ ਨਾ, ਨਜ਼ਾਰੇ ਆਏ ਪਏ ਆ, ਪਤਾ ਹੀ ਨਹੀਂ ਲੱਗਦਾ ਬਿਲਕੁਲ ਵੀ ਅਸੀਂ ਆਪਦੇ ਘਰੇ ਆ ਜਿਹੜੇ ਜੰਮੂ ਦੇ ਵਿੱਚ ਆਏ ਹੋਏ ਹਾਂ। ਵਧੀਆ ਸੇਵਾ ਬਾਈ, ਹਰੇਕ ਕਿਸਾਨ ਉਰੇ ਹੈ ਨਾ ਵੀ ਜਿਹਦੇ ਵੱਢੀਏ, ਮੈਂ ਕਹਿੰਦਾ ਆਨੰਦ ਆ ਜਾਂਦਾ। ਚਲੋ ਮਹਾਰਾਜ ਸ਼ੁਕਰ ਰੱਖੇ ਸਾਰੇ ਕੰਬਾਈਨ ਵਾਲਿਆਂ ਦੇ ਹੈ ਨਾ, ਵਧੀਆ ਤੰਦਰੁਸਤੀ ਰੱਖੇ। ਦਿਖਾਉਂਦੇ ਹਾਂ ਵੀ ਤੁਹਾਨੂੰ ਹੁਣ ਚੱਲਦੀ ਕੰਬਾਈਨ, ਠੀਕ ਆ ਬਾਈ ਚੱਲਦੀ ਆ, ਤੂੜੀ ਵਾਲੀ ਲੱਗੀ ਗੈਸ ਵਗੈਰਾ। ਮੈਂ ਤਾਂ ਚੱਲਦੀ ਆਪਣੀ ਮਸ਼ੀਨ ਲੱਗੀ ਹੋਈ ਬਾਈ ਜੀ, ਕਿੰਨੀਆਂ ਰਾਤ ਪਈਆਂ ਸੀ ਬਾਈ, ਮੀਂਹ ਮਾੜਾ ਮੋਟਾ ਪੈ ਕੇ ਹਟ ਗਿਆ, ਜਿਹੜੀ ਭੋਰ ਜੀ ਪਈ ਆ ਜੀ, ਚਲਾ ਤੀਆਂ ਮਸ਼ੀਨਾਂ, ਫਿਰ ਵੀ 9 ਵਜੇ ਚੱਲਦੀ ਸੀ, 9:30 ਵਜੇ। ਸਰ ਪਿੱਛੇ ਕੰਬਾਈਨ ਚੱਲਦੀ ਹੈ ਜੀ, ਮਗਰ ਅੰਬਾਸਾ ਸਕੂਲ ਬਣਾਈ ਜਾਂਦਾ ਬੰਦਾ, ਤੂੜੀ ਦਾ ਕੰਮ ਵੀ ਗਏ ਨੇ, ਫਾਸਟ ਚੱਲਦਾ ਬਾਈ ਪੂਰਾ ਐਨ ਮਸ਼ੀਨ ਦੇ ਮਗਰੇ ਮਸ਼ੀਨ। ਆਓ ਜੀ ਬਾਈ ਜੀ, ਵੱਢਿਆ ਗਾ ਖੇਤ, ਆਉਂਦੀਆਂ ਮਸ਼ੀਨ ਲਿਆਏ ਬਾਈ ਜੀ, ਡੀਜ਼ਲ ਪੰਪ ਥੋੜ੍ਹਾ ਜਿਹਾ ਦੂਰ ਆਈ, ਇੱਥੇ ਕੇਨ ਲਿਆਇਆ ਭਰਾ ਕੇ, ਕੇਨ ਪਾ ਕੇ ਬਾਕੀ ਸ਼ਾਮ ਨੂੰ ਦੇਖਦੇ ਟੈਂਕੀ ਫੁੱਲ ਕਰਾਏਂਗੇ ਜੀ। ਪੰਪ ਥੋੜ੍ਹਾ ਜਿਹਾ ਹਾਂਜੀ ਬਾਈ ਜੀ, ਕਿਆ ਹਾਲ ਆ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਵਧੀਆ ਚਾਹੀਦਾ ਬਾਈ ਜੀ, ਹੋਰ ਡੀਜ਼ਲ ਪਵਾ ਲਏ? ਹਾਂਜੀ ਹਾਂਜੀ। ਪੰਪ ਥੋੜ੍ਹਾ ਜਿਹਾ ਦੂਰ ਪੈਂਦਾ? ਨਹੀਂ ਹੈਗਾ ਲਾਗੇ ਵੀ। ਅੱਛਾ ਜੀ, ਲੇਕਿਨ ਉਹ ਮਸ਼ੀਨ ਚੱਲਦੀ ਸੀ, ਫਿਰ ਆਪਾਂ ਕੈਨ 'ਚ ਹੀ ਲਿਆ, ਸ਼ਾਮ ਨੂੰ ਭਰਾ ਲੇਂਗੇ ਟੈਂਕੀ। ਫਿਰ ਹੈਗਾ 2-3 ਕਿਲੋਮੀਟਰ ਤਾਂ ਜੀ? ਡੇਢ ਦੇ ਆ ਜੀ, 2 ਦੇ ਹੋਣਾ, 2 ਦੇ, 2.5 ਕਿਲੋਮੀਟਰ ਪੰਪ ਆ ਜੀ, ਦੇਖਦੇ ਸ਼ਾਮ ਨੂੰ ਭਰਾਏਂਗੇ ਟੈਂਕੀ ਹੁਣ ਇਹਦੀ, ਲਿਆਏ ਇੱਕ ਕੇਨ ਜੀ ਭਰਾ ਰਿਹਾ ਇਹ, ਕੰਮ ਚੱਲਦਾ ਹੋ ਜਾਣਾ ਸ਼ਾਮ ਤੱਕ, ਦਿਹਾੜੀ ਲੱਗ ਜਾਣੀ ਸਾਡੀ। ਆਹ ਚੱਲੀ ਜਾਂਦੀ ਵਿਸ਼ਾਲ ਵੀ ਆ ਗਈ, ਪ੍ਰੀਤ ਆ ਗਈ ਇੱਕ, ਮਸ਼ੀਨਾਂ ਤਾਂ ਵਾਧੂ ਚੱਲਦੀਆਂ, ਤਾਂ ਪ੍ਰੀਤ ਚੱਲਦੀ ਹੈ ਜੀ। ਮਸ਼ੀਨਾਂ ਬਾਈ ਲਾਗੇ ਲੱਗ, ਇਹ ਤਾਂ ਕੱਦੀ ਹੈ ਚੱਲਦੀ, ਉਹ ਉੱਪਰ ਵੈਸੇ ਚੱਲਦੀ ਸੀ ਪਹਿਲਾਂ। ਲਓ ਜੀ ਬਾਈ ਜੀ, ਜਾਮ ਗਿਆ ਲੱਗ, ਕਹਿੰਦੇ ਰੋਡ ਪੁੱਟਣਾ ਆ ਗਿਆ, ਗੱਬੇ ਰੋਡ ਇੰਜੀਅਰ ਕਿਆ ਕਹਿੰਦੀ ਗਏ ਨੂੰ, ਇੱਧਰ ਮਸ਼ੀਨ ਆ ਰਹੀ ਆਪਣੀ, ਰਸਤੇ ਬਾਈ ਜੀ ਪੂਰੇ ਪੂਰੇ ਲੁੱਟ ਪੈ ਰਹੀ ਆ, ਗੱਡੀ ਬੈਕ ਕਰਾ ਕੇ ਰੋਡ ਪੁੱਟਣਾ ਕਿਆ ਕਹਿੰਦੇ ਉਹਨੂੰ, ਬੈਕ ਕਰਾ ਕੇ ਫੇਰ ਨਿਕਲੀ ਬਾਈ, ਲੁੱਟ ਪੈ ਰਹੀ ਆ ਮਾਰੋ ਮਾਰ ਸਾਈਡਾਂ 'ਤੇ ਜੀ।
ਬੰਨੇ ਤੇ ਰਸਤਾ ਹੀ ਪੂਰਾ ਪੂਰਾ ਹੈ। ਲਓ ਜੀ ਬਾਈ ਜੀ ਲੱਗੀ ਹੋਈ ਮਸ਼ੀਨ ਚੱਲਦੀ ਆ, ਮਾਰੋ ਮਾਰ। ਏਰੀਆ ਬਹੁਤ ਬੜਾ ਦਿਖਦਾ ਬਾਈ ਵੇਖਣੇ ਨੂੰ, ਪਰ ਕਾਹਰੋਂ ਮਸ਼ੀਨਾਂ ਛੱਡਦੀਆਂ ਜੀ, ਮਸ਼ੀਨਾਂ ਫੰਦ ਪਾਉਂਦੀਆਂ ਬਾਈ ਜੀ। ਇੱਧਰ ਚੱਲਦੀ ਆ, ਇੱਧਰ ਨਾਲੇ ਵਿਸ਼ਾਲ ਲੱਗੀ ਹੋਈ ਹੈ ਜੀ, ਇੱਕ ਇੱਧਰ ਵਿਸ਼ਾਲ ਚੱਲਦੀ ਹੈ ਜੀ। ਬਹੁਤ ਖਾਸਾ ਵੀ ਘੱਟੋ ਘੱਟ 5-4 ਦਿਨ ਲੱਗੂਗੇ, ਪਰ ਮੁਸ਼ਕਿਲ ਆ ਬਾਈ, ਇਹ ਕੰਮ ਨਹੀਂ ਹੁੰਦਾ। ਇਹਦਾ ਦਿਹਾੜੀ ਖੰਡ 'ਚ ਸਾਫ਼ ਹੋ ਜਾਂਦੇ, ਕਹਿਣਾ ਮਸ਼ੀਨਾਂ ਜੀ ਜਾਲ ਵਾਲੇ ਲੱਗੀਆਂ ਰਹਿੰਦੀਆਂ। ਆਹ ਏਰੀਆ ਜੀ ਇੰਨਾ ਕੁ ਦਿਖਦਾ, ਮਸ਼ੀਨਾਂ ਵੀ ਦੇਖੋ 3-4 ਲੱਗੀਆਂ ਹੋਈਆਂ ਲੱਗੇ ਲੱਗੇ। ਮੀਂਹ ਪਈ ਜਾਂਦਾ, ਚੱਲੀ ਜਾਂਦਾ, ਧਰਤੀ ਵੀ ਹਾਲੇ ਥੋੜ੍ਹੀ ਜਿਹੀ ਗਿੱਲੀ ਹੋਈ, ਟਾਇਰ ਖੋਲਦਾ ਹੀ ਜਾਂਦਾ। ਨਿੰਦਰ ਲੱਗਿਆ ਹੋਇਆ, ਵੱਢਣ ਮਾਰੋ ਮਾਰ। ਇੱਧਰ ਇੱਧਰ ਸਾਡੇ ਉਸਤਾਦ ਜੀ ਖੜ੍ਹੇ ਆ, ਮੌਲੀ ਜੀ। ਮੌਲੀ ਕਿਆ ਹਾਲ ਆ ਬਾਈ? ਹੋਰ ਹਾਂ, ਕਿਆ ਕਹਿੰਦੇ ਉਸਤਾਦ ਜੀ? ਉਸਤਾਦ ਜੀ ਚੱਲਦਾ ਮਾਰੋ ਮਾਰ। ਕਿਆ ਕਹਿੰਦਾ, ਖਿੱਚ ਕੇ ਰੱਖੀਗਾ ਮਾੜਾ ਜਿਹਾ? ਮਸ਼ੀਨਾਂ ਚੱਲਦੇ ਨੇ, ਮਸ਼ੀਨਾਂ ਤੇਰਾ ਤੇਰੇ ਸਾਹਮਣੇ ਲਾਗੋ ਲਾਗ ਚੱਲਦੀ, ਦੇਖਣੇ ਤਾਂ ਐਂ ਲੱਗਦਾ ਹੁੰਦਾ ਵੀ 2-3 ਦਿਨ ਦਾ ਕੰਮ ਹੋਊਂਗਾ, 4 ਦਿਨ ਦਾ ਨਹੀਂ। ਪਰ ਦਿਹਾੜੀ ਕਿੱਥੇ ਚੱਲਦਾ ਬਾਈ ਇਹ ਕੰਮ? ਇੱਕ ਕਣਕਾਂ ਫਸਲਾਂ ਪੱਕੀਆਂ ਵੀ ਨਾ, ਫਸਲਾਂ ਪੱਕਣੇ ਕਰਕੇ ਬਾਈ ਤੈਨੂੰ ਪਤਾ, ਅਗਲਾ ਜਿਹੜੀ ਵੇਚਦਾ ਮਸ਼ੀਨ ਲਾ ਲੈਂਦਾ ਕਿ ਨਹੀਂ। ਹਾਂ ਅੱਛਾ, ਠੀਕ ਆ ਠੀਕ ਆ, ਕੋਈ ਨਹੀਂ ਬਾਈ, ਚੱਲ ਇਹ ਤਾਂ ਬਣੀ ਹੋ ਜਾਣੀ ਮੈਨੂੰ ਬੋਲੀ। ਕਣਕਾਂ ਵੀ ਸੁੱਕੀਆਂ, ਬੋਦੀਆਂ ਕਣਕਾਂ ਹੋ ਗਈਆਂ ਪਾਣੀ ਕਰਕੇ, ਹੈ ਨਹੀਂ ਮੀਂਹ ਕਰਕੇ ਹੋ ਗਈਆਂ ਬਾਈ। ਇਹ ਆਉਂਦਾ ਧੂੜਾਂ ਠਾਲੀ ਬਾਈ, ਖਿੱਚ ਕੇ ਰੱਖ ਕੰਮ, ਤਹੀਂ ਬਸ ਖਿੱਚਣਾ ਕਮਾਉਣਾ। ਆਹੋ ਲਓ ਜੀ ਚੱਲਦੀ ਆ ਮਸ਼ੀਨ, ਮਾਰੋ ਮਾਰ। ਬਾਈ ਨੇੜੇ ਨੇੜੇ ਲੱਗੀਆਂ ਹੋਈਆਂ ਮਸ਼ੀਨਾਂ, ਜਿਹੜੀ ਆਹ ਚੱਲਦੀ ਹੈ ਜੀ ਆਪਣੀ, ਇੱਧਰ ਚੱਲਦੀ ਹੈ ਵਿਸ਼ਾਲ ਦੋ। ਨਿੰਦਰ ਲੱਗਿਆ ਹੋਇਆ ਵੱਢਣਾ, ਫਾਹੇ ਚੱਕਣਾ, ਫਾਹੇ ਖਿੱਚਿਆ ਹੋਇਆ ਕੰਮ ਬਾਈ ਜੀ ਪੂਰਾ। ਐਨ ਆਉਂਦਾ ਦੱਬੀ ਬਾਈ, ਹਾਏ ਤਾਂ ਮਰਲੇ ਮਰਲੇ, 2-2 ਮਰਲੇ ਦਾਣੇ, ਇੱਕੜਾ ਕੱਢੜੇ ਮੈਂ ਬਾਈ ਜੀ ਥੋਂ ਥੋਂ। ਆਹ ਦੇਖ ਲਓ ਇੱਧਰ ਖੱਡੇ ਵੀ, ਢੇਰੀਆਂ ਲੱਗੀਆਂ ਹੋਈਆਂ, ਥੈਲੇ ਭਰੀ ਜਾਂਦੇ, ਗੈਲੀਆਂ ਕੱਢੀ ਜਾਂਦੇ ਆ। ਇੱਧਰ ਖੜੀਆਂ 2 ਲੱਗੀਆਂ ਹੋਈਆਂ, ਚਲੋ ਇਕੱਠੀਆਂ ਹੀ ਚੱਲਦੀਆਂ ਲਾਗੇ ਲਾਗੇ ਜੀ। ਇੱਧਰ ਆਪਣੇ ਵਾਲੀ ਨੇ ਗੇੜਾ ਦਿੱਤਾ ਵਾ ਪੂਰਾ,
ਆਓ ਜੀ ਬਾਈ, ਸੁਣਿਆ ਹੈ ਨਾ ਵੀ ਜਿੱਥੇ ਮਸ਼ੀਨਾਂ ਹੋਣ ਕਾਹਨੂੰ ਏਰੀਆ ਰੁਕਦਾ ਗਿੱਲਾ ਸੁੱਕਾ, ਹੈ ਨਾ। ਅਸੀਂ ਆਸ ਇਹ ਏਰੀਏ ਦੀ ਲਾਉਣ 'ਤੇ ਵੀ 7-8 ਦਿਨ ਜਿਹੜਾ ਏਰੀਆ ਨਾ ਇਹ ਏਰੀਆ ਉੱਥੇ ਤੱਕ ਉਹ ਘਰਾਂ ਤੋਂ ਲੈ ਕੇ ਸਾਰਾ ਏਰੀਆ ਹੈ ਨਾ ਵੱਢ ਹੋ ਜੂਗਾ। 7-8 ਦਿਨ ਤਾਂ ਲੱਗਣਗੇ ਜੀ ਦੋ ਮਸ਼ੀਨਾਂ ਦੀਆਂ, ਇੱਕ ਆਹ 'ਤੇ ਇੱਕ ਉਹ 'ਤੇ। ਅੱਜ ਬਾਈ ਮਸ਼ੀਨਾਂ ਇੰਨੀਆਂ ਆ ਗਈਆਂ, ਪਤਾ ਨਹੀਂ ਕਿੱਥੇ 'ਤੇ ਆਈਆਂ ਮਸ਼ੀਨਾਂ। 1 ਘੰਟੇ ਦੇ ਵਿੱਚ ਏਰੀਆ ਸਾਰਾ ਹੀ ਸਾਫ਼ ਕਰਕੇ ਉੱਡ ਗਈਆਂ, ਸਾਰਾ ਏਰੀਆ ਸਾਫ਼ ਹੋ ਗਿਆ। ਹੁਣ ਦੇਖਾਂਗੇ ਅੱਗੇ ਬਾਰਡਰ ਵਾਲੇ ਪਾਸੇ ਨੂੰ ਵਧਾਂਗੇ, ਉਹ ਚੱਲਦੀ ਆਪਣੇ ਵਾਲੀ ਮਸ਼ੀਨ। ਇੱਧਰ ਸਾਰਾ ਵੱਢਿਆ ਗਿਆ ਸਿਰੇ ਤੋਂ ਸਿਰੇ ਤੱਕਰ। ਚਲੋ ਇਹ ਵੀ ਟਾਈਮ ਗਿਆ, ਵਿਹਲੇ ਹੋ ਗਏ ਵਿਚਾਰੇ। ਨਹੀਂ ਬਾਈ, ਮੌਸਮ ਰੋਜ਼ ਖਰਾਬ ਹੋ ਜਾਂਦਾ ਤਾ ਨਾ, ਮਾਲਕ ਜੇ ਕਰਦਾ ਕਹਿੰਦੇ ਕੋਈ ਚੰਗਾ ਹੀ ਕਰਦਾ। ਬਾਕੀ ਉਹ ਸਰਦਾਰ ਦੀ ਰਹਿ ਗਈ, ਕਾਹ ਸਰਦਾਰ ਦੇ ਲੱਗਿਆ ਵੱਢਣ। ਹੁਣ ਇਹਦੀ ਇੱਕ ਖੇਤ ਆ, ਲੰਬਾ ਜਿਹਾ ਖੇਤ ਪਾਓ ਸਿਰੇ ਤੋਂ ਲੈ ਕੇ ਇੱਥੇ ਤੱਕਰ, ਇਹਦੇ ਖੇਤ ਰਹਿ ਗਏ। ਇੱਕ ਉਹ ਆਂਟੀ ਫਿਰਦੀ ਆ ਬਸ, ਇਹਦਾ ਰਹਿ ਗਿਆ। ਆਹ ਆਂਟੀ ਉਹਨਾਂ ਦਾ ਵੱਢਿਆ ਗਿਆ ਜੀ। ਬਾਈ ਵੱਜ ਗਏ ਰਾਤ ਦੇ 1, ਲੋਕ ਦੇਖ ਲਓ ਤੁਸੀਂ ਘਰ ਵੀ ਸੁੱਤੇ ਪਏ ਆ। ਸਾਰਾ ਪਿੰਡ 'ਚ ਮੈਂ ਕਹਿੰਦਾ ਚਿੜੀ ਵੀ ਨਹੀਂ ਫਰਕਦੀ ਯਾਰ, ਉਹਨੇ ਖੋਲ੍ਹੀ ਬੈਠੇ ਤੇ ਕਲੱਚ। ਇਹਦਾ ਅੱਜ ਕਲੱਚ ਵਾਲਾ ਟੁੱਟ ਗਿਆ ਬੈਰਿੰਗ, ਉਹ ਪਾ ਕੇ ਹੈ ਨਾ ਰੈਡੀ ਕਰਕੇ ਮਸ਼ੀਨ ਹੁਣ ਐਨ ਟਿਚਨ ਵਿਚਨ ਕਰਕੇ ਖੜ੍ਹੀ ਕਰਕੇ ਚੱਲੇ ਹਾਂ। ਬੋਲੀ ਮੋਬਾਈਲ ਵੀ ਚੱਕ ਲਿਆ ਬਾਈ ਮੇਰਾ, ਭਜਨ ਰੋਟੀ ਚੱਕ ਲਿਆ ਪਈ ਆ ਬਾਈ, ਚੱਲੀਏ। ਹਾਂ ਲੋਕ ਟੂਲ ਨੂੰ ਵੀ ਲੋਕ ਲਾ ਦੀ, ਬਾਕੀ ਬਈ ਮਸ਼ੀਨ ਇੱਥੇ ਹੀ ਖੜ੍ਹਦੀ ਆਪਣੀ। 2 ਦਿਨ ਹੋ ਗਏ ਅੱਜ। ਆਹ ਬਾਈ ਦਾ ਚੌਂਕੀਦਾਰ ਦਾ ਘਰ ਆ, ਇਹਦੇ ਮੂਹਰੇ ਹੀ ਖੜ੍ਹੀ ਕਰ ਜਾਂਦੇ ਹਾਂ। ਆਹ ਲਾਈਟਾਂ ਬੜੀਆਂ ਲਾਈਆਂ ਭਜਨ ਵਾਲੇ ਸਾਹਮਣੇ, ਲਾਈਟਾਂ ਬੜੀਆਂ ਲਾਈਆਂ ਘਰ ਨੂੰ। ਹੈਂ ਮੰਦਰ ਆ, ਚਲੋ ਚੱਕੋ। ਨੀਂਦ ਆਉਣ ਲੱਗ ਗਈ ਹੁਣ ਤਾਂ ਭਜਨਾ ਨਾ। ਕਲੱਚ ਦਾ ਬਾਈ ਟੁੱਟ ਗਿਆ, ਤਾਂ ਬੈਰਿੰਗ ਉਹ ਪਾ ਕੇ ਹਟੇ ਆ, ਕੰਪਲੀਟ ਕਰਕੇ ਐਨ ਹੁਣ ਚੱਲੇ ਅੱਡੇ ਤੈਨੂੰ ਇਹਨੂੰ ਖੜਾ ਕੇ ਐਨ ਓਕੇ ਟਿਚਨ ਬਿਚਨ ਕਰਕੇ। ਉਹ ਸਾਹਮਣੇ ਆਪਣਾ ਅੱਡਾ ਭਜਨ ਲਾਉਣਾ ਜਾ ਕੇ ਹੋਈ ਨਾ ਆਏਗੇ। ਠੰਡ ਬੜੀ ਆ ਬਾਈ, ਜੰਮੂ ਦੇ ਵਿੱਚ ਫਰਕ ਤਾਂ ਹੈਗਾ ਭਜਨ, ਹੈ ਨਾ। ਠੰਡ ਤਾਂ ਬਾਈ ਮੌਸਮ ਦਾ ਫਰਕ ਤਾਂ ਆ। ਚੱਕ ਸਾਰੇ ਭਾਂਡੇ ਬਾਈ, ਕਲੱਚ ਪਲੇਟ ਪਾ ਕੇ ਸਾਜਰੇ ਚਲਾ ਕੇ ਨਵੇਂ ਹੀ ਖਸਿਆਪਾ ਖੜਾ ਹੋ ਜਾਂਦਾ ਸਾਰਾ ਰੋਜ਼ ਹੈ ਨਾ। ਜਿਵੇਂ ਛੋਟੇ ਖੇਤ ਉਨਾ ਬੰਦਾ ਸਦਾਈ ਹੋ ਜਾਂਦਾ। ਸਵੇਰੇ ਐਲੀਵੇਟਰ ਵਾਲੀ ਬੈਲਟ ਪਾਈ ਤੀ ਫੂਸ ਵਾਲੀ, ਉਹ ਬਾਈ ਦੇ ਵਿਚਾਰੇ ਸਾਜਰੀ ਵੱਡੀ, ਕੱਲ੍ਹ ਦਾ ਵਿਚਾਰਾ ਮਗਰ ਫਿਰਦਾ ਕਲੱਚ ਪਲੇਟ ਵੀ ਇਹਦੇ ਖੇਤ ਵੱਢਣ ਦੇ ਪੈ ਰਹੇ। ਉਹ ਚੱਕ ਚੱਕ ਦੇਖਦਾ ਫੂਸ ਗੈਲੇ ਟੈਂਕ ਭਰਿਆ ਗਿਆ ਬਾਈ, ਬੈਲਟ ਚੱਲੀ ਨਹੀਂ ਉਤਰ ਗਈ, ਪਤਾ ਲੱਗਿਆ ਨਹੀਂ। ਇਹ ਬਾਈ ਇੱਧਰ ਮਸ਼ੀਨ ਵਾਲਾ ਕਿੱਦਾਂ ਬਾਈ, ਕਿਹੜਾ ਏਰੀਆ? ਸੰਗਰੂਰ ਏਰੀਆ ਜੀ। ਕਿਹੜੀ ਮਸ਼ੀਨ ਲੈ ਕੇ ਆਏ ਹੋ? ਅਸੀਂ ਪੰਜਾਬ। ਪੰਜਾਬ ਆਏ ਵੀ ਪੰਜਾਬ, ਤਾਂ ਮਸ਼ੀਨ ਵੀ ਪੰਜਾਬ ਹੈ। ਕਿੰਨੀਆਂ ਲੈ ਕੇ ਆਏ ਆ? 4 ਜੀ। ਉਰੀ ਚੱਲਦੀਆਂ? ਇੱਥੇ ਚੱਲਦੀਆਂ। ਵਧੀਆ ਚੱਲੀ ਜਾਂਦਾ? ਵਧੀਆ ਵਧੀਆ। ਠੀਕ ਹੈ ਠੀਕ ਹੈ, ਦੱਬੀ ਰੱਖੋ ਕੰਮ, ਖਿੱਚ ਦਿਓ ਕੰਮ ਨੂੰ। ਜੰਮੂ ਵਾਲਾ ਤੋਂ ਕਰ ਦੇਣਾ ਆਪਾਂ, ਵਿਹਲੇ ਵਾਲਾ ਬੜਾ। ਨਾ ਨਾ ਠੀਕ ਹੈ, ਪਹਿਲਾਂ ਸੰਗਰੂਰ ਲਾ ਕੇ ਆਏ ਆ। ਹਾਂ ਜੀ, ਪਹਿਲਾਂ ਯੂਪੀ ਗਏ ਜੀ, ਫਿਰ ਹਰਿਆਣੇ, ਫਿਰ ਪੰਜਾਬ, ਫਿਰ ਰਾਜ ਖੜੇ ਬਲਬ ਇੱਥੇ। ਅੱਛਾ, ਵਧੀਆ ਚੱਲੇ ਕੰਮ? ਠੀਕ ਆ ਠੀਕ ਆ। ਹੋਰ ਸੁਣਾ, ਆਇਆ ਤੈਨੂੰ ਚਾਹ ਪਾਣੀ ਪਿਲਾਈ? ਉੱਥੇ ਚੱਲਦੇ ਉਹ ਆਪਣੇ ਬੰਦੇ ਦੇ ਲੱਗਿਆ ਵੱਢਣ, ਜਿਹਦੇ ਕੋਲ ਮਸ਼ੀਨ ਆਈ ਆਪਣੀ। ਬਾਕੀ ਇਹ ਏਰੀਆ ਦਾ ਸਾਫ਼ ਹੋ ਗਿਆ ਬਾਈ, ਮੈਂ ਕਹਿੰਦਾ ਜੰਮੂ ਵਾਲੇ ਨਜ਼ਾਰੇ ਲੈਂਦੇ ਪਏ ਆ, ਪਰ ਇੱਕ ਬੰਦਾ ਹੀ ਦੇਖਿਆ ਨਾ, ਇੱਕ ਹੋਰ ਦੇਖੀ ਆ, ਇੱਕ ਬੰਦਾ ਨਾ ਮੂਹਰੇ ਭੱਜਿਆ ਫਿਰੀ ਜਾਂਦਾ ਨਾ, ਹੈਲਪਰ ਵੱਟਾਂ ਦੱਸਣ ਨੂੰ ਭੱਜਿਆ ਫਿਰੀ ਜਾਂਦਾ ਵਿੱਚ ਨੂੰ। ਆਹ ਛੋਟੀ ਜਿਹੀ ਵੱਟ ਆ, ਕਈ ਵਾਰ ਪਤਾ ਨਹੀਂ ਲੱਗਦਾ ਮਸ਼ੀਨ ਵਾਲਾ ਉਹ ਕਹਿੰਦੇ ਪੰਜਾਬ ਵਾਲੇ ਸਮਝ ਕੇ ਟਪਾ ਦਿੰਦਾ।
ਕਲੱਚ ਪਲੇਟ ਉਹਦੇ ਪਤਾ ਨਹੀਂ ਕੀ ਚੱਕਰ, ਹਰੇਕ ਮਸ਼ੀਨ ਦੀ ਉੜਦੀ ਆ, ਵੱਟਾਂ ਕਰਕੇ ਕਲੱਚ ਦੱਬਣਾ ਪੈਂਦਾ ਜੀ। ਹੈ ਬਹੁਤ ਬਾਈ, ਕਲੱਚ ਪਲੇਟ ਤਾਂ ਨਾ ਇੰਨੀ ਜ਼ਿਆਦਾ ਖਰਾਬ ਹੁੰਦੀ ਆ ਵੀ ਤੁਸੀਂ ਹਿਸਾਬ ਲਾ ਲਓ, ਨਵੀਂ ਕਲੱਚ ਪਲੇਟ ਕੱਲ ਬੈਰਿੰਗ ਤੋੜ ਕੇ ਮਾਰਿਆ, ਕਲੱਚ ਵੀ ਕੀ ਕਰੂਗਾ, ਇੱਥੇ ਨੱਪਿਆ ਛੱਡਿਆ, ਉੱਤੇ ਨੱਪ ਲਿਆ, ਇੱਥੇ ਛੱਡਿਆ ਉੱਤੇ ਨੱਪ ਲਿਆ, ਬੈਰ ਕਲੱਚ ਵੀ ਕੀ ਕਰੂਗਾ। ਮੈਂ ਬਾਈ ਨੂੰ ਕਹਿ ਕੇ ਹੀ ਮਹਾਂ ਤਿਆਰੀ ਰੱਖੋ, ਲਿਆ ਕੇ ਰੱਖੋ। ਹੈਂ ਮੈਂ ਬਾਈ ਪਲੇਟੇ ਥੱਲੇ ਖੁੱਲ੍ਹੀ ਛੱਡਤੀ ਗਰੀਸ ਨੂੰ, ਮਹਾਂ ਮਾੜਾ ਜਿਹਾ ਗਰੀਸ ਪਾ ਦਿਆ ਕਰੋ ਇੱਕ ਨੇ ਕਿਤੇ ਬੈਰਿੰਗ ਬੂਰਿੰਗ ਨੂੰ। ਬਾਕੀ ਪਰਸੋਂ ਇੱਕ ਸਾਡੇ ਕੋਲ ਬੰਦਾ ਆਇਆ ਤਾਂ ਵੀਰ ਇੱਧਰ ਦੇ ਮਸ਼ੀਨ ਵਾਲੇ, ਉਹ ਸਾਡੇ ਮੇਰੇ ਬੰਦੇ ਨੂੰ ਕਹਿ ਕੇ ਗਿਆ ਤਾ ਅਜੇ ਵੀ ਕਲੱਚ ਪਲੇਟ ਦੀ ਤਿਆਰੀ ਰੱਖਿਓ। ਮੈਂ ਅਜੇ ਮਜ਼ਾਕ ਕਰਦਾ ਤਾ, ਮੈਂ ਕਿਹਾ ਯਾਰ ਛੱਡੋ ਯਾਰ ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ, ਤਾਂ ਰਾਤ ਕੰਮ ਹੋਏ ਗਿਆ ਵੇ। ਹੋਰ ਬਾਈ ਵਧੀਆ ਜੀ, ਵਧੀਆ ਚੱਲੀ ਜਾਂਦੇ ਆ। ਹਾਂ ਹਾਂ ਵਧੀਆ ਚੱਲੀ। ਉਹ ਬਾਰਡਰ ਕਿਹੜਾ ਬਹੁਤ ਕੜਾ ਅਜੇ, ਉਧਰ ਹੀ ਚੱਲ ਰਹੀ ਹੈ। ਹਾਂ ਉਧਰ ਹੀ ਜਾਣਾ ਆਪਾਂ ਨੇ ਵੀ, ਬਸ ਇੱਕ ਅੱਧਾ ਦਿਨ ਲਾ ਕੇ ਨਾ ਇੱਥੇ ਸਾਹਮਣੇ ਦਾਣਾ ਪਾਣੀ ਚੁੱਕਣਾ ਆਪਣਾ, ਇਹਦੇ ਕਰਮਾਂ ਚ ਲਿਖਿਆ ਹੈ ਕਿ ਨਹੀਂ। ਚਲੋ ਠੀਕ ਆ ਬਾਈ, ਮਿਲਦੇ ਆ ਕਿਸੇ ਅਗਲੀ ਵੀਡੀਓ ਚ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।